13 ਤਰੀਕ ਨੂੰ ਜਾਣਾ ਸੀ। ਮਾਪਿਆਂ ਨੇ ਆਪਣੇ ਪੁੱਤਰ ਨੂੰ ਮਿਲਣ ਇਟਲੀ ਟਿਕਟਾਂ ਵੀ ਹੋ ਗਈਆਂ ਸੀ ਬੁੱਕ, ਪਰ ਆਜ ਖਬਰ ਆਏ ਕਿ ਉਹਨਾਂ ਦੇ ਪੁੱਤਰ ਦੀ ਹੋ ਗਈ ਹੈ ਮੌਤ। ਬਟਾਲਾ ਨੇੜੇ ਪਿੰਡ ਤਾਤਲੇ ਦੇ ਨੌਜਵਾਨ ਦੀ ਇਟਲੀ ਵਿੱਚ ਹੋਈ ਮੌਤ। ਪਰਮਪ੍ਰੀਤ ਕਰੀਬ 20 ਸਾਲ ਪਹਿਲਾਂ ਇਟਲੀ ਗਿਆ ਸੀ। ਉੱਥੇ ਹੀ ਇਸਨੇ ਆਪਣੀ ਪੜ੍ਹਾਈ ਕੀਤੀ ਤੇ ਡੇਅਰੀ ਫਾਰਮ ਤੇ ਨੌਕਰੀ ਕਰਦਾ ਸੀ। ਪਰਮਪ੍ਰੀਤ ਦੀ ਸ਼ਾਦੀ ਵੀ ਇਟਲੀ ਹੀ ਹੋਈ ਤੇ ਉਸਦਾ ਭਰਾ ਵੀ ਇਟਲੀ ਹੀ ਹੈ। 13 ਮਾਰਚ ਨੂੰ ਮਾਂ ਬਾਪ ਨੇ ਜਾਣਾ ਸੀ ਆਪਣੇ ਪੁੱਤਰ ਨੂੰ ਮਿਲਣ ਇਟਲੀ, ਪਰ ਉਸ ਤੋਂ ਪਹਿਲਾਂ ਹੀ ਆਏ ਮੰਦਭਾਗੀ ਖ਼ਬਰ ਜਿਸ ਨਾਲ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ। ਇਹ ਪਿੰਡ ਤਤਲਾ ਡੈਥ ਜਵਾਨ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ, ਸਰਦਾਰ ਦੇਵਾ ਸਿੰਘ। ਇੱਥੇ ਉਹ ਵੀ ਕਾਫੀ ਦੇਰ ਇਟਲੀ ਰਹੇ ਹੈ, ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ। ਇਹ ਮੁੰਡੇ ਦਾ ਵਿਆਹ ਹੋਇਆ ਸੀ ਕਰੀਬ 2.5 ਸਾਲ ਦੇ ਕਰੀਬ ਕਰੀਬ। ਉਹਦੀ ਇੱਕ ਬੱਚੀ ਆ, ਵਾਈਫ ਵੀ ਉਹਦੀ ਉੱਥੇ ਹੀ ਹੈ। ਉੱਥੇ ਉਹ ਕੋਈ ਮੇਰਾ ਖਿਆਲ ਕੋਈ ਕੰਮ ਕਰਦਾ ਸੀ, ਜਿੱਦਾਂ ਡੇਅਰੀ ਫਾਰਮ ਦੇ ਵਿੱਚ ਕੋਈ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀਗਾ। ਅਤੇ ਕੱਲ੍ਹ ਕੋਈ ਉੱਧਰ ਇਟਲੀ ਦੇ ਟਾਈਮ ਦੇ ਨਾਲ 1:30 ਵਜੇ ਦੇ ਕਰੀਬ ਉਹਦਾ ਉੱਥੇ ਕੋਈ ਉੱਪਰ ਤਾਰਾਂ ਸੀ ਜਾਂ ਕੀ ਸੀਗਾ, ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਇਹਨਾਂ ਦਾ ਪਤਾ ਨਹੀਂ ਉੱਪਰ ਨੂੰ ਕੋਈ ਬੂਮ ਖੜਾ ਕਰਦੇ, ਉਹ ਤਾਰਾਂ ਦੇ ਨਾਲ ਲੱਗਣ ਕਰਕੇ ਉਹਦੀ ਡੈਥ ਹੋ ਗਈ। ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ 'ਚ ਆ। ਇੱਕ ਜਵਾਨ ਮੌਤ ਹੋਈ ਹੈ, ਬੜਾ ਪਰੇਸ਼ਾਨੀ ਤਾਂ ਹੈ ਉਹਦੇ ਸਹੁਰੇ ਪਰਿਵਾਰ ਨੂੰ ਵੀ ਅਤੇ ਅਸੀਂ ਵੀ ਸਾਰੇ ਜਿਹੜੇ ਉਹਦੇ ਰਿਸ਼ਤੇਦਾਰ। ਮੇਰਾ ਨਾਮ ਸਰਪੰਚ ਸਿੰਘ ਜੀ, ਮੈਂ ਸਾਬਕਾ ਸਰਪੰਚ ਹਾਂ ਇੱਥੇ। ਅਤੇ ਮੇਰੇ ਚਾਚਾ ਜੀ ਦਾ ਬੇਟਾ ਸੀਗਾ ਪਰਮਜੀਤ ਸਿੰਘ, ਤਕਰੀਬਨ 20-21 ਸਾਲ ਤੋਂ ਇਹ ਉੱਥੇ ਰਹਿ ਰਿਹਾ ਸੀਗਾ। ਇੱਕ ਡੇਅਰੀ ਫਾਰਮ 'ਚ ਉੱਥੇ ਕੰਮ ਕਰਦਾ ਸੀਗਾ। ਅਤੇ ਕੱਲ੍ਹ ਮਾਲਕ ਨੇ ਇਹਨੂੰ ਫੋਨ ਕਰਕੇ ਸੱਦਿਆ, ਛੁੱਟੀ 'ਤੇ ਸੀਗਾ ਅਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ। ਪਤਾ ਨਹੀਂ ਕੋਈ ਅਣਸੁਖਾਵੀ ਘਟਨਾ ਹੋਈ ਆ, ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ। ਮੈਂ ਜੀ ਕੁਲਦੀਪ ਸਿੰਘ ਮੇਰਾ ਨਾਂ ਹੈ ਜੀ। ਮੇਰਾ ਨਾਂ ਪਰਮਪ੍ਰੀਤ ਸੀਗਾ, ਬੇਟੇ ਦਾ ਨਾਂ ਸੀ, ਸਾਡਾ ਭਤੀਜਾ ਸੀਗਾ। ਬੜੀ ਅਣਸੁਖਾਵੀ ਘਟਨਾ ਹੋਈ ਆ, ਕਿਉਂਕਿ ਬੱਚੇ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ 'ਚ ਅਸੀਂ ਭੇਜਦੇ ਹਾਂ, ਕਦੋਂ ਅਸੀਂ ਜਾਵਾਂਗੇ ਅਤੇ ਪਾਲਦੇ ਨੂੰ। ਬਹੁਤ ਸੋਹਣਾ ਜਵਾਨ ਸੀਗਾ, 27 ਸਾਲ ਦੀ ਉਮਰ ਆ ਉਹਦੀ ਅਜੇ। ਇੱਕ ਬੇਟੀ ਆ ਛੋਟੀ ਜੀ, ਬੱਚੇ ਉਹਦੇ ਨਾਲ ਨੇ ਰਹਿ ਰਹੇ, ਉੱਥੇ ਡੇਅਰੀ ਫਾਰਮ 'ਚ ਕੰਮ ਕਰ ਰਿਹਾ। ਵੇਖੋ ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਉਹ ਕੱਲ੍ਹ ਛੁੱਟੀ 'ਤੇ ਸੀਗਾ, ਉਹਦੇ ਮਾਲਕ ਨੇ ਖੁਦ ਉਹਨੂੰ ਫੋਨ ਕੀਤਾ ਕਿ 10-15 ਮਿੰਟ ਵਾਸਤੇ ਗੱਡੀ ਖਾਲੀ ਕਰਨ ਵਾਸਤੇ ਪਰਮਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ। ਉਹਨੂੰ ਮੁੜ ਕੇ ਵਾਪਸ ਨਹੀਂ ਆਇਆ, ਕੀ ਕਹਿ ਸਕਦੇ ਉੱਥੇ ਅਸੀਂ, ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ, ਬਿਜਲੀ ਨਾਲ ਡੈਥ ਹੋਈ, ਕਿਸ ਤਰ੍ਹਾਂ ਹੋਈ ਆ, ਕਿਸ ਤਰ੍ਹਾਂ ਨਹੀਂ ਡੈਥ ਹੋਈ, ਪੂਰਾ ਕਨਫਰਮ। ਅਤੇ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ, ਬੂਮ ਲੱਗ ਗਿਆ ਉੱਪਰ। ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ। ਸਾਡੇ ਪਿੰਡ ਦੇ ਤਰਲਿਆਂ ਦੇ ਮੇਰੇ ਨਾਨਕੇ ਇੱਥੇ ਆਏ ਘਰ ਵਿੱਚ, ਅਤੇ ਸਰਪੰਚ ਸਾਹਿਬ ਬੈਠੇ ਨਾਲ, ਇਹਨਾਂ ਨੇ ਵੀ ਸਾਰਾ ਪਰਿਵਾਰ ਉੱਥੇ ਆ, ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵਿੱਚ ਹੀ ਆ। ਮੇਰੇ ਬ੍ਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ, ਸੁਖਦੇਵ ਸਿੰਘ ਉਹਨਾਂ ਦਾ ਬੇਟਾ ਆ। ਇਹਨੂੰ 20 ਤੋਂ 22 ਸਾਲ ਦੇ ਵਿੱਚ ਗਿਆ, ਇੰਨਾ ਚਿਰ ਹੋ ਗਿਆ। ਉੱਥੇ ਪੜ੍ਹਾਈ ਵੀ ਇਹਨੇ ਉੱਥੇ ਕੀਤੀ, ਬਹੁਤ ਛੋਟੀ ਉਮਰ 'ਚ ਗਿਆ। ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ, ਸੁਖਦੇਵ ਸਿੰਘ ਉਹਦੇ ਮਾਂ ਪਿਓ ਸੀ ਨੇ। ਇਹਨਾਂ ਦੀ 13 ਤਰੀਕ ਦੀ ਪਹਿਲਾਂ ਹੀ ਟਿਕਟ ਹੋਈ ਉੱਥੇ ਜਾਣ ਵਾਸਤੇ, ਇਹਨਾਂ ਨੇ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ।
ਉਮਰ ਦੀ 26 ਤੋਂ 27 ਸਾਲ ਦੀ ਵਿੱਚ ਫੈਮਿਲੀ 'ਚ ਇੱਕ ਇਹਦਾ ਬ੍ਰਦਰ ਉੱਥੇ ਵੱਡਾ, ਉਹਦੀ ਫੈਮਿਲੀ ਉੱਥੇ ਆ, ਇੱਕ ਇਹਦੇ ਤਾਇਆ ਜੀ ਦੇ ਬੇਟੇ ਨੇ ਦੋ ਉੱਥੇ, ਉਹ ਵੀ ਉੱਥੇ ਨੇ, ਇਟਲੀ ਨੇ, ਲਾਗੋ ਲੱਗ ਰਹਿ ਰਹੇ ਨੇ। ਹਾਂਜੀ